ਆ ਦੇਖ ਰਾਜੀ ਵਾਲ ਰਿਆਜ਼ ਲਾ ਗਏ ਪੈਸੇ, ਰਿਆਜ਼ ਲੋ ਪੈਸੇ ਆ ਗਏ। ਰਾਤੀ ਦੋ ਗੱਡੀਆਂ ਭੇਜੀਆਂ, ਦੋ ਭੇਜੀਆਂ ਸੀ, ਇੱਕ ਵਾਪਸ ਆ ਗਈ ਹੈ। ਵਾਪਸ ਕੋਈ ਆ ਗਈ ਸੀ, ਕੀ ਗੱਲ ਆ, ਪੂਰੀ ਨਹੀਂ ਆਈ ਉਹਨਾਂ ਨੂੰ ਜੇ ਗੱਡੀ ਕੁਛ ਜਵਾਬ ਸਵਾਲ ਕਰਨ ਲੱਗ ਪਈ ਸੀ। ਉਹ ਨਹੀਂ ਆ ਪੱਥਰ ਭੇਜਿਆ ਉਹਨਾਂ ਨੂੰ, ਕੇਰੀ ਦਾ ਚਾਹੀਦਾ ਟਰੱਕ, ਕੀ ਗੱਲ ਆ ਇੱਥੇ ਉਹ ਲਾਟੂ ਜਿਹਾ ਲੈ ਕੇ ਗਾਣੇ ਸੁਣਦਾ ਰਹਿੰਦਾ ਨੇਰੇ। ਉਹ ਦੇਖ ਕੇ ਗਿਆ, ਉਹ ਦੇਖ ਕੇ ਗਿਆ, ਉਹਨੇ ਮੈਨੂੰ ਰਾਤੀ ਫੋਨ ਤੇ ਗੱਲ ਹੋਈ ਆ। ਉਹਨੇ ਕਿਹਾ ਜੀ ਆ ਵੇਖ ਲਓ, ਮੈਂ ਕਿਹਾ ਵਾ ਕਿ ਇੱਕ ਗੱਡੀ ਮੋਟੇ ਪੱਥਰ ਦੀ ਤੇ ਇੱਕ ਕੇਰੀ ਦੀ ਤੇ ਦੋਵੇਂ ਪੱਥਰ ਦੀਆਂ ਭੇਜਤੀਆਂ। ਬਕਵਾਸ ਆਪਣੀ ਬੰਦ ਕਰਿਆ ਕਰ। ਉਹ ਭਤੀਜੇ ਸਾਡੇ ਦਾ ਵਿਆਹ ਕੀਤਾ ਈ, ਕੀ ਕੀਤਾ ਈ, ਕੀ ਕੀਤਾ ਹੈ? ਸਲਾਮੀ ਪੁੱਤ ਦੇ ਵਿਆਹ ਤੇ ਨਹੀਂ ਦਿੱਤੀ, ਉੱਥੇ ਵੀ ਭੰਨਾਂ ਵਾਲੀ ਸਲਾਮੀ ਦੇ ਆਇਆ। ਉਹਨੇ ਕੀ ਦਿੱਤਾ ਸੀ? ਉਹਨੇ ਕੀ ਦਿੱਤਾ? ਉਹ ਲਾਤ ਤੇ ਹੈ ਨਾ ਤੇਰੀ, ਉਹ 400 ਜੰਮਿਆ ਨਹੀਂ ਉਹਨੂੰ, 400 ਪਾ ਕੇ 13 ਨਿਆਣੇ ਲੈ ਕੇ ਆ ਗਿਆ। ਬੰਦਾ ਪੁੱਛੇ ਵੀ ਤੂੰ ਵਿਆਹ ਤੇ ਆਇਆ ਜਾਂ ਕਬਜ਼ਾ ਲੈਣ ਆਇਆ ਸਾਡੇ ਕੋਲ? ਯਾਦ ਕਰੋ ਵਕਤ, ਯਾਦ ਕਰਨ ਜਦੋਂ ਹੋਣਾ ਸੀ ਮੇਰੇ ਕੋਲ, ਕੀ ਗੱਲ? ਉਹ ਤੇ ਮੈਂ ਸਵੇਰੇ ਵਾਕ ਤੇ ਨਿਕਲਦਾ ਸੀ। ਲੈ ਏਡੀ ਵਾਕ ਗੁਰਬਤ ਨੇ ਮਤ ਮਾਰੀ ਆ, ਵਾਕ ਤੇ ਆਉਣ ਡੇ। ਆਪਣੇ ਆਪ ਚ ਰਿਹਾ ਕਰ, ਜਰਾ ਔਕਾਤ ਚ ਰਿਹਾ ਕਰ, ਆਪਣੇ ਆਪ ਚ ਕਿ ਤੂੰ ਆਪਣੇ ਆਪ ਚ ਬਾਹਰ ਆਉਣੇ ਆ, ਵੇਖ ਯਾਦ ਕਰਿਆ ਕਰ। ਪਛਤਾਉਣਾ ਉਸ ਵੇਲੇ ਨੂੰ ਜਦੋਂ ਮੇਰੇ ਛੋਲੇ ਲੈ ਕੇ ਤੇ 6 ਜਣੇ ਖਾਂਦੇ ਹੁੰਦੇ ਸੀ, ਅੱਜ ਮਟਨ ਨਾ ਖਾਣਨੇ ਆ, ਤੈਨੂੰ ਗੱਲਾਂ ਯਾਦ ਆਉਣਗੀਆਂ। ਵਾਲੇਕੁਮ ਸਲਾਮ, ਕੀ ਹਾਲ ਭਾਜੀ? ਠੀਕ, ਤੁਸੀਂ ਸੁਣਾਓ? ਚੰਗਾ, ਸਿਹਤ ਵੀ ਦੱਸ ਅੱਲਾਹ ਲੱਗਦਾ। ਕੀ ਗੱਲ ਹੋਈ ਭਾ? ਲੜਾਈ ਤੁਹਾਡੀ? ਹਾਂਜੀ, ਓਏ ਹੋਏ, ਸੱਟਾਂ ਲੜਾਈ ਚ? ਹਾਂਜੀ, ਸਿਰ ਇੱਥੋਂ ਪਾਟਾ ਇੱਥੋਂ ਪੂਰਾ ਇੰਜ ਖੁੱਲ ਗਿਆ, ਓਏ ਹੋਏ ਹੋਏ, ਤੇ ਬਾਹ ਦੋ ਜਗ੍ਹਾ ਤੇ ਟੁੱਟੀ। ਅੱਛਾ, ਹਾਂਜੀ, ਇਹ ਆਪ ਆਪ ਤੜਵਾਈ ਹੈ ਵੀ ਇੱਕ ਜਗ੍ਹਾ ਸਹੀ ਨਹੀਂ ਦੂਸਰੀ ਜਗ੍ਹਾ ਤੜਵਾ ਲਈ? ਨਹੀਂ ਨਹੀਂ ਯਾਰ, ਦੋ ਜਗ੍ਹਾ ਤਾਂ ਅਗਲਿਆਂ ਨੇ, ਦੋ ਜਗ੍ਹਾ ਤਾਂ ਮਾਰਿਆ ਤਾਂ ਦੋ ਜਗ੍ਹਾ ਤੇ ਟੁੱਟਣੀ ਸੀ। ਫਿਰ ਕਿਹੜਾ ਕੋਈ ਪਤਾ ਲੱਗਦਾ ਵੀ ਅਗਲੇ ਕਿੱਥੇ? ਓਏ ਹੁਣ ਮੈਂ ਇੱਥੋਂ ਚੁੱਕ ਕੇ ਤੇਰੇ ਪੱਥਰ ਮਾਰਾਂ, ਪਤਾ ਨਹੀਂ ਸਿਰ ਇੱਕ ਜਗ੍ਹਾ ਤੋਂ ਪਾਟਣਾ ਕਿ ਸਾਰਾ ਹੀ ਖੁੱਲ ਜਾਣਾ। ਤੁਸੀਂ ਜਾਓ, ਮੈਂ ਕੋਈ ਪੱਥਰ ਖਾ ਲਵਾਂ, ਕਿਉਂਕਿ ਉਹਨੇ ਸ਼ੋਰਬੇ ਵਾਲਾ ਪਕਾਇਆ ਹੈ। ਦਰ ਫਿਟੇ ਮੂੰਹ ਤੇ ਉੱਤੇ ਤਬੀਅਤ ਹੀ ਪੱਥਰ ਖਾਣ ਵਾਲੀ ਹੈ, ਸਾਰੀ ਜ਼ਿੰਦਗੀ ਗੁਰਬਤ ਨਿਕਲੀ ਨਹੀਂ ਤੁਹਾਡੇ ਵਿੱਚੋਂ? ਅੱਛਾ, ਜੋ ਇੱਥੇ ਬਹਿਨਾ ਸਾਰੀ ਦਿਹਾੜੀ ਨਾਨ ਟਿੱਕੀਆਂ, ਕੋਈ ਸਮੋਸਿਆਂ ਵਾਲਾ ਨਹੀਂ ਲੰਘਣ ਦਿੰਦਾ? ਉਹ ਤੂੰ ਵੀ ਜਿਸ ਇਲਾਕੇ 'ਚ ਰਹਿੰਦਾ ਦੁਪਹਿਰੇ 2 ਵਜੇ ਲੁੱਟ ਲੈਂਦੇ ਆ, ਲੁੱਟ ਲੈਂਦੇ ਆ, ਤੂੰ ਇੰਨੀ ਵਾਰੀ ਗਿਆ, ਤੂੰ ਤਾਂ ਕਦੀ ਲੁੱਟਿਆ ਨਹੀਂ ਗਿਆ। ਅੱਛਾ, ਕੀ ਗੱਲ ਕੀ ਹੋਈ? ਮੈਂ ਲੰਘਣ ਡਿਆ ਸੀਗਾ ਜੀ, ਅੱਛਾ, ਗਲੀ ਇੱਕ 'ਚੋਂ। ਵੈਸੇ ਐਡਾ ਵੱਡਾ ਬੰਦਾ ਗਲੀ 'ਚ ਲੰਘਦਾ ਵੈਸੇ ਨਹੀਂ ਚੰਗਾ ਲੱਗਦਾ ਯਾਰ, ਤੁਸੀਂ ਤਾਂ ਅੱਗੋਂ ਗੱਲਾਂ ਅਗਲੇ ਦੀ ਗੱਲ ਹੀ ਨਹੀਂ ਸੁਣਦੇ ਯਾਰ। ਛੋਟੀ ਹੋਵੇ ਨਾ ਭਾਜੀ, ਯਾਰ ਲੰਘਣ ਦੇ, ਤੁਹਾਡੇ ਚੌਂਕ 'ਚੋਂ ਲੰਘ ਗਿਆ, ਲੰਘਣ ਦੇ ਉਹਨੂੰ ਜਿੱਧਰੋਂ ਦੀ ਲੰਘਦਾ। ਅੱਛਾ, ਲੰਘ ਰਹੇ ਤੇ ਮੈਂ ਉੱਥੋਂ ਲੰਘਣ ਡਿਆ ਤੇ ਬੂਹਾ ਇੱਕ ਖੁੱਲਿਆ ਪੂਰੀ ਗਲੀ 'ਚ। ਹਾਂਜੀ, ਕੁੜੀ ਇੱਕ ਬਾਹਰ ਆਈ ਹੈ ਉਸ ਘਰ 'ਚੋਂ। ਹਾਂਜੀ, ਅੱਛਾ, ਤੇ ਕੁੜੀ ਬਾਹਰ ਆ ਕੇ ਇੱਧਰ ਉੱਧਰ ਦੇਖਣ ਲੱਗ ਪਈ, ਮੈਂ ਵੀ ਖੜੋ ਗਿਆ। ਤੂੰ ਕਿਉਂ ਖਲੋ ਗਿਆ? ਵੀ ਮੈਂ ਕੁੜੀ ਨੂੰ ਦੇਖਣ ਲੱਗ ਪਿਆ। ਕੁੜੀ ਨੂੰ ਕਿਉਂ ਦੇਖਣ ਲੱਗ ਪਿਆ ਸੀ? ਰਿਸ਼ਤੇਦਾਰ ਸੀ ਕੁੜੀ ਜਾਂ ਤੇਰੇ ਨਾਲ ਪੜ? ਨਹੀਂ, ਹੁਣ ਬੰਦਾ ਦੇਖ ਹੀ ਲੈਂਦਾ ਨਾ, ਦੇਖ ਕੋ ਲਵੇ, ਅਗਲੇ ਦੇਖਣ ਦਿੰਦੇ ਆ। ਇਸ ਗੱਲ ਤੋਂ ਲੜਾਈ ਹੋਣੀ? ਇਸੇ ਗੱਲ ਤੋਂ ਹੀ। ਅੱਛਾ, ਹੁਣ ਮੈਂ ਕੁੜੀ ਨੂੰ ਦੇਖ ਰਿਹਾ, ਕੁੜੀ ਮੈਨੂੰ ਦੇਖ ਰਹੀ ਹੈ, ਅੱਖਾਂ 'ਚ ਅੱਖਾਂ ਪਈਆਂ ਨੇ। ਅੱਛਾ, ਅੱਖਾਂ 4 ਹੋਈਆਂ ਨੇ। ਤੂੰ ਕੁੜੀ ਨੂੰ ਵੇਖ ਰਿਹਾ, ਕੁੜੀ ਤੈਨੂੰ ਵੇਖ ਰਹੀ? ਹਾਂਜੀ। ਤੁਸੀਂ ਇਹ ਸਮਝਣੇ ਮੈਨੂੰ ਕੋਈ, ਸਾਨੂੰ ਦੋਨਾਂ ਨੂੰ ਕੋਈ ਨਹੀਂ ਵੇਖ ਰਿਹਾ? ਹਾਂ, ਕੋਈ ਨਹੀਂ ਦੇਖ ਰਿਹਾ, ਮਾਰ ਪੈਂਦੀ ਇਸ ਗੱਲ ਤੋਂ। ਹਾਂਜੀ, ਅਸੀਂ ਇਹ ਦੇਖ ਰਹੇ ਹਾਂ ਤੇ ਇੰਨੀ ਦੇਰ 'ਚ ਜਨਾਬ ਅੰਦਰੋਂ ਮੁੰਡਾ ਆਇਆ, ਇੱਕ ਡਸ਼ਕਰਾ, ਵਾਲ ਰੱਖੇ ਹੋਏ ਵੱਡੇ ਵੱਡੇ ਉਹਨੇ, ਇੱਥੇ ਵਾਲੀਆਂ ਪਾਈਆਂ ਦੋਨਾਂ ਕੰਨਾਂ 'ਚ। ਤੇ ਕੀ ਉਹਨਾਂ ਨਾਲ ਕੀ ਹੋਇਆ? ਕੁਛ ਵੀ ਨਹੀਂ, ਬਸ ਉਹ ਫਿਰ ਲੜਾਈ ਹੋਈ, ਉਹਨਾਂ ਨੇ ਮਾਰਿਆ ਮੂਰਿਆ ਮੈਨੂੰ। ਇਹ ਆ ਕਿ ਮੈਨੂੰ ਚਾਹੀਦੀਆਂ 2 ਕਰੇੜੀਆਂ ਹੁਣ ਪੱਥਰਾਂ ਦੀਆਂ, ਮੈਨੂੰ ਚਾਹੀਦੀਆਂ ਵੱਡੇ ਵੱਡੇ, ਠੀਕ ਆ ਨਾ? 4 ਲੈ। ਹਾਂ, ਤੇ ਲੱਗ ਲੋ ਜਾਵੇ ਬੂਹੇ 'ਚ, ਕਿੱਦਾਂ ਕਿਸੇ ਨੂੰ ਕਿਦਨ ਮਾਰੀਦਾ ਹੈ। ਹਾਂਜੀ, ਇਕੱਲਾ ਬੰਦਾ ਵੇਖ ਕੇ
ਉੱਧਰ ਰੀਝਾਂ ਲਾਤੀਆਂ ਵਿਚਾਰੇ ਤੇ, ਮਾੜੀ ਗੱਲ ਹੈ। ਸਿਰ ਵੀ ਦੋ ਜਗ੍ਹਾ ਤੋਂ ਪਾੜਿਆ ਤੂੰ, ਸਿਰ ਵੀ ਦੋ ਜਗ੍ਹਾ ਤੋਂ, ਬੰਦੇ ਕੋ 15 20 ਲੈ ਬੇਸ਼ੁਮਾਰ ਉਹਨਾਂ ਦੇ ਲੜਨ ਵਾਲਿਆਂ ਤੇ, ਲਾਨਤ ਉਹਨਾਂ ਤੇ। ਉਹ ਕੀ ਕਿਤੇ ਕਬਜ਼ਾ ਲੈਣ ਆਏ ਸੀ 15 20 ਜਣੇ? ਉਹ ਨਹੀਂ ਜੀ, ਬਸ ਮਹੱਲੇਦਾਰੀ ਸੀਗੀ, ਮਹੱਲੇ 'ਚ ਹੀ ਹੋਈ ਹੈ ਲੜਾਈ। ਦੇ ਵਿੱਚ ਇਕੱਠੇ ਬੰਦੇ ਤਾਂ ਚੰਗੇ ਨਹੀਂ ਲੱਗਦੇ, ਮਹੱਲੇਦਾਰੀ 'ਚ ਲੜਨਾ ਨਹੀਂ ਚਾਹੀਦਾ। ਉਹਨਾਂ ਖਬੀਸਾਂ ਨੂੰ ਇਹ ਨਹੀਂ ਕਿਸੇ ਨੇ ਦੱਸਿਆ? ਨਹੀਂ, ਉਹ ਹਰਾਮ ਦੇ ਕਿਤੇ ਪੂਰਾ ਮਹੱਲਾ ਹੀ ਉਹਨਾਂ ਦਾ ਆਪਣਾ। ਅੱਛਾ, ਮਾੜੀ ਗੱਲ। ਹਾਂ, ਆਸੇ ਪਾਸੇ ਵਾਲੇ ਨਾ 10 ਵੀ ਘਰ, ਕੋਈ ਨੀ, ਅਸੀਂ ਤੇਰੇ ਨਾਲ, ਅਸੀਂ ਤੇਰੇ ਨਾਲ। ਰੋੜੇ ਇੱਟਾਂ, ਮੈਂ ਕਹਿੰਦਾ ਰੋੜਾ ਇੰਜ ਦਾ ਦਵਾਂਗਾ, ਜਾਂਦਾ ਹੀ ਵੱਜੇਗਾ ਤੇ ਉਹਨਾਂ ਦੇ ਦਿਮਾਗ 'ਚ ਪਨਾਹ ਲੈ ਲੇਗਾ, ਰੋੜਾ ਵਿੱਚ ਵੜ ਜਾਏਗਾ, ਵਿੱਚ ਕੀ ਰਹੇਗਾ ਜੀ ਉੱਥੇ। ਸਾਹਮਣਾ ਪੱਥਰ ਵੇ, ਇੱਟਾਂ ਲੈਣ ਦੀ ਲੋੜ ਕੋਈ ਨੀ, ਇਹ ਗੋਲੀ ਨਾਲੋਂ ਵੀ ਭੈੜਾ ਲੰਘਦੇ, ਨਹੀਂ ਯਕੀਨ ਤੇ ਇਹਦੇ ਨਗਾ ਕੇ ਦੇਖ ਲਾ। ਹਾਂ, ਬਕਵਾਸ ਬੰਦ ਕਰਿਆ ਕਰ, ਉਹ ਬੰਦਾ ਸੀਰੀਅਸ ਹੋਇਆ ਆ, ਤੂੰ ਟੈਨਸ਼ਨ ਨਾ ਲੈ ਭਾਈ, ਅਸੀਂ ਤੇਰੇ ਨਾਲ ਆ, ਠੀਕ ਹੈ, ਮਹੱਲੇਦਾਰੀ ਆ। ਅੱਜ ਤੇਰੇ ਨਾਲ ਜ਼ਿਆਦਤੀ ਹੋਈ ਆ, ਕੱਲ ਨੂੰ ਕਿਸੇ ਹੋਰ ਨਾ ਹੋਏ, ਕੱਲ ਨੂੰ ਤੇਰੇ ਨਾਲ ਵੀ ਹੋ ਸਕਦੀ ਆ। ਅੱਲਾ ਰਹਿਮ ਕਰੇ, ਜੰਡ ਦੀ ਤੇਰੀ ਜ਼ਬਾਨ ਆ, ਜਿਵੇਂ ਗਾਹਕਾਂ ਨਾਲ ਬੋਲਦਾ ਤੂੰ। ਉਹ ਤੂੰ ਬੋਲਦਾ ਕਿੱਦਾਂ ਆ, ਤੇਰਾ ਕੋਈ ਹੈ ਤੁੱਕ ਬਣਦਾ ਆ ਮੇਰੇ ਨਾਲ ਬੋਲਦਾ? ਕਿਉਂ ਬਕਵਾਸ ਕਰਦਾ? ਅੱਛਾ, ਇਹ ਕੌਣ ਹੈ ਜੀ? ਇਹ ਮੱਖੀ ਆ ਮੁੰਡਾ, ਇਹ ਪਾਰਟਨਰ ਆ ਮੇਰੇ ਨਾਲ, ਪਾਰਟਨਰ। ਹਾਂਜੀ, ਕੰਮ ਦੇ ਹਿੱਸੇ ਤੇ ਕੰਮ ਕਰ ਦਿੰਦਾ। ਹਾਂਜੀ, ਹਿੱਸੇ ਤੇ। ਹਾਂਜੀ ਹਾਂਜੀ, ਮੈਂ ਮੱਖੀ ਆ ਜੀ, ਇਹ ਸਾਡੀ ਬਜਰੀ ਘੋਲਣ ਵਾਲੀ ਮਸ਼ੀਨ ਆ। ਗੰਦੀ ਜਗ੍ਹਾ ਤੋਂ ਬਹਿ ਗਿਆ, ਮੱਤ ਵੱਜੀ ਆ, ਮੱਖੀ ਆ। ਅੱਛਾ, ਫੇਰ ਇਹਦੇ ਮੂੰਹ ਤੇ ਬਹਿ ਗਈ ਸੀ ਮੱਖੀ? ਕਿਉਂ ਨਾ ਰੱਖਿਆ ਇਹਦਾ? ਮੱਖੀ ਪਿਆਰ ਨਾਲ ਰੱਖਿਆ ਆ, ਇੱਕ ਜਗ੍ਹਾ ਟੇਕੇ ਨੀ ਬਹਿਣਾ, ਮੱਖੀ ਆ। ਕਦੀ ਇੱਥੇ ਬਹਿ ਗਿਆ, ਕਦੀ ਇੱਥੇ ਬਹਿ ਗਿਆ। ਹੁਣ ਨੀ ਉਹ ਮਾੜਾ ਬੰਦਾ ਤੈਨੂੰ ਵਿਖਣ ਡਿਆ, ਲੇਕਿਨ ਅਸੀਂ ਤੇਰੇ ਨਾਲ ਆ। ਹਾਂਜੀ, ਅਸੀਂ ਤੇਰੇ ਨਾਲ ਆ, ਜਾਸਤੀ ਹੋਈ ਆ ਤੇਰੇ ਬਾਰੇ ਦਾ। ਜੇ ਮੈਂ ਪੂਰਾ ਮੱਲਾ ਨਾ ਟੰਗ ਦਿੱਤਾ, ਹਾਂ, ਤੇ ਮੇਰਾ ਵੀ ਨਾ ਨਾ ਨਿਆਜ਼ ਬਸ ਬਜਰੀ ਵਾਲਾ ਨਹੀਂ। ਹਾਂ, ਅੱਲਾ ਦੀ ਮਿਹਰਬਾਨੀ, ਹੌਸਲੇ ਨਾਲ ਕਹਿ ਲਿਆ ਕਰ, ਨਿਆਜ਼ ਬੱਕਰੀ ਵਾਲੇ ਨਾਲ ਕਹਿ ਦੀ, ਬਜਰੀ ਵਾਲਾ ਨਹੀਂ, ਨਾ ਮੇਰਾ ਵੱਜਦਾ ਜਿੱਥੋਂ ਮਰਜ਼ੀ, ਨਿਆਜ਼ ਬਜਰੀ ਵਾਲਾ। ਜਿੰਨਾ ਇਹਦਾ ਨਾਂ ਵੱਜਦਾ ਵਾ, ਉਸ ਤੋਂ ਡੂੰਘਾ ਸਾਡਾ ਰੋੜਾ ਵੱਜਦਾ। ਅੱਛਾ ਜੀ, ਜਿਹੜਾ ਬਹੁਤਾ ਬੋਲੇ। ਇਹ ਕਿੰਨੀਆਂ ਰੇੜੀਆਂ ਆਪਾਂ ਚੱਲੀਏ ਉੱਥੇ? ਉਹ ਦੋ ਰੇੜੀਆਂ ਬੜੀਆਂ, ਰੇੜੀ ਤੇ ਇੱਕ ਨਹੀਂ ਮਾਨ। ਅੱਛਾ, ਹਾਂ, ਤੁਸੀਂ ਵੀ ਮੇਰੇ ਨਾਲ ਰਲ ਕੇ ਮਾਰੋਗੇ? ਮੈਂ ਤੇਰੇ ਨਾਲ ਜਾਸਤੀ ਹੋਈ ਹੈ ਯਾਰ, ਦੁਨੀਆ ਤਾਂ ਰੀਤ ਬਣ ਗਈ ਹੈ ਕਿ ਔਰਤ ਗਲਤ ਵੀ ਹੈਗੀ ਹੈ ਤੇ ਲੋਕੀ ਉਹਦਾ ਸਾਥ ਦਿੰਦੇ ਆ। ਉਹ ਯਾਰ ਬੰਦੇ ਨੂੰ ਪੁੱਛਦਾ ਹੀ ਕੋਈ ਨਹੀਂ, ਇਹ ਦੁਨੀਆ ਤਾਂ ਰੀਤ ਬਣ ਗਈ ਆ। ਮੈਨੂੰ ਪਤਾ ਲੱਗ ਗਿਆ ਕਿ ਔਰਤ ਹੀ ਉਸ ਔਰਤ ਦਾ ਕਸੂਰ ਆ, ਤੇਰਾ ਕਸੂਰ ਹੀ ਕੋਈ ਨਹੀਂ। ਮੇਰਾ ਬਿਲਕੁਲ ਨਹੀਂ ਕਸੂਰ ਹੈਗਾ, ਮੈਂ ਤਾਂ ਖੜੋ ਕੇ ਦੇਖਿਆ ਬਸ। ਲੈ, ਤੇ ਉਹ ਕੱਲ ਹੀ ਬੂਹੇ 'ਚ ਖਲੋਤੀ, ਵੇਖ ਲਿਆ ਤੇ ਕਿਹੜੀ ਕੋਈ ਕਿਆਮਤ ਆ ਗਈ। ਅਸੀਂ ਨਾਲ ਚੱਲਣਾ, ਨਾਲ ਚੱਲਣਾ, ਮੁੰਡੇ ਨੂੰ ਫੋਨ ਕਰ, ਨਿਆਜ਼ ਬਜਰੀ ਵਾਲੇ ਦਾ ਨਾਂ ਆ, ਲੋਕੀ ਜਾਣਦੇ ਆ ਨਿਆਜ਼ ਬਜਰੀ ਵਾਲੇ ਨੂੰ। ਅੱਛਾ, ਇੱਕ ਮਿੰਟ ਬੰਦ ਕਰ, ਬੰਦੇ ਦੇ ਸੱਟਾਂ ਲੱਗੀਆਂ, ਉਹਨੂੰ ਤਾਂ ਪੁੱਛ ਲਈਏ ਤੂੰ ਵਿੱਚ ਕਿੜਕਿੜ ਲਾਈ ਆ, ਤੋੜਦਾ ਤੋੜਦਾ। ਉਹ ਮੁੰਡਾ ਕਿੱਦਾਂ ਦਾ ਆ ਜਿਹਨੇ ਮਾਰਿਆ? ਹਾਂ, ਉਹ ਮੁੰਡਾ ਹੈਗਾ ਆ, ਉਹਨੇ ਟਰੋਜ਼ਰ, ਉਹ ਸਿਕਸ ਪੈਕਟ ਜਿਹਾ ਨਹੀਂ ਪਾਕਟ ਹੁੰਦਾ ਜਿਹੜਾ, ਜੇਬਾਂ ਲੱਗੀਆਂ, ਜੇਬਾਂ ਵਾਲਾ। ਹਾਂ, ਉਹ ਪਾਇਆ ਤੇ ਉਹ ਨੀਲੀ ਜਿਹੀ ਉਹਨੇ ਉਹ ਜੈਕਟ ਜੀ ਪਾਈ ਹੈ ਬਗੈਰ ਬਾਹਾਂ ਤੋਂ। ਅੱਛਾ ਅੱਛਾ, ਹਾਂ, ਉਹ ਮੁੰਡਾ ਮੁੱਛਾਂ ਦਾੜੀ ਰੱਖੀ। ਅੱਛਾ, ਉਹਨੇ ਬਹੁਤਾ ਮਾਰਿਆ। ਹਾਂ, ਉਹਨੇ ਬਹੁਤਾ ਮਾਰਿਆ ਨਾ, ਅਸਲ ਆ ਬਾਲਾ ਉਹਨੇ ਮਾਰਿਆ। ਮੈਂ ਕਰਦਾ ਫੋਨ ਹੁਣੀ, ਆਪਣੇ ਭਰਾ ਮੁੰਡੇ ਆਉਣਗੇ ਨਾਲ, ਸਾਰੇ ਤੇਰੇ ਨਾਲ ਜਾਣਗੇ। ਅੱਜ ਤੇਰੇ ਨਾਲ ਜ਼ਿਆਦਤੀ ਹੋਈ ਆ, ਕੱਲ ਕਿਸੇ ਹੋਰ ਨਾ ਹੋ ਸਕਦੀ ਹੈ। ਸਮਝ ਲੱਗੀ ਕਿ ਨਹੀਂ? ਅਸੀਂ ਇਹ ਇਨਸਾਨ ਆ, ਸਾਡੇ ਅੰਦਰ ਇੱਕ ਦਰਦ ਆ। ਅੱਲਾ ਇਹਨਾਂ ਔਰਤਾਂ ਨੂੰ ਹਦਾਇਤ ਦੇਵੇ, ਇਹਨਾਂ ਨੇ ਤਾਂ ਬੰਦੇ ਮਰਵਾਉਣੇ ਲੈ ਆਇਆ। ਇਹਨਾਂ ਨੂੰ ਨਹੀਂ ਆਉਣੀ ਹਦਾਇਤ, ਇਹਨਾਂ ਨੂੰ ਹਦਾਇਤ ਆ ਜਾਣ। ਹੈਲੋ, ਉਹ ਜਵੇਰ ਕਿੱਥੇ ਆ ਤੂੰ? ਅੱਜ ਮੁੰਡੇ ਲੈ ਕੇ ਨਾ ਇੱਥੇ ਫੌਰੀ ਪਹੁੰਚ ਬਜਰੀ 'ਤੇ। ਆਹੋ,
ਉਹ ਮੁੰਡਾ ਦੋਸਤ ਆ ਉਹਦੀ ਕਿਤੇ ਲੜਾਈ ਹੋ ਪਈ ਆ, ਤੇਰੀ ਕਿਹਨਾਂ ਨਾਲ ਹੋਈ ਆ, ਕਿਹਨੂੰ ਕੁੱਟਿਆ? ਉਹ ਚੱਲ ਛੱਡ, ਤੂੰ ਇੱਦਾਂ ਕਰ, ਗੱਲ ਸੁਣ, ਤੂੰ ਇੱਥੇ ਆ ਫੌਰੀ, ਮੁੰਡੇ ਲੈ ਕੇ ਆ, ਮੁੰਡੇ ਲੈ ਕੇ ਆ ਤੇਰਾ, ਅੱਜ ਤੇਰਾ ਮੁੱਲ ਪਾ ਦੇਵਾਂਗੇ। ਅੱਛਾ ਜੀ, ਉਸ ਔਰਤ ਨੂੰ ਵੀ ਸਮਝ ਆ ਜਾਊ ਜ਼ਿੰਦਗੀ, ਉਸ ਔਰਤ ਨੂੰ ਯਾਦ ਕਰੂਗੀ ਜ਼ਿੰਦਗੀ ਦੇ ਵਿੱਚ, ਇੱਦਾਂ ਦਾ ਯਾਦ ਕਰੇਗੀ, ਨਿਆਜ਼ ਬਦਰੀ ਵਾਲੇ ਦਾ ਨਾਂ ਸੁਣ ਕੇ ਨੀ ਉਹ ਬਾਹਰ ਨਿਕਲੇਗੀ। ਹਾਂ ਇਹ ਮੱਲਾ ਕਿਹੜਾ ਆ ਭਲਾ? ਇਹ ਮੱਲਾ ਇੱਥੋਂ ਤੀਸਰੀ ਗਲੀ ਜਿਹੜੀ ਹੈ, ਨੀਲਾ ਜਿਹਾ। ਅੱਛਾ ਹਾਂ, ਉੱਥੇ ਨੀਲਾ ਬੂਹਾ ਆ, ਬੁੱਢੀ ਬਾਬਾ ਚਿੱਟੀ ਜੀ ਤੇ ਉਹਨੇ ਚਿੱਟੀ ਜਿਹੀ ਆ, ਪੜਦਾ ਪੁੜਦਾ ਕੋਈ ਨੀ, ਨਹੀਂ ਪੜਦਾ ਪੁੜਦਾ ਨੀ ਲੱਗਾ ਬੂਹੇ ਅੱਗੇ, ਉਸ ਘਰ ਤੋਂ ਅੱਗੇ ਬੜਿਆਂ ਦੇ ਸਿਰ ਪਾਟੇ ਆ, ਤੇ ਉਹ ਨਾਲ ਬੇਰੀ ਵਾਲਾ ਘਰ ਆ? ਨਹੀਂ ਨਹੀਂ ਨਹੀਂ, ਬੇਰੀ ਲੱਗੀ ਆ ਉਹਦੇ ਪਰਲੇ ਪਾਸੇ ਘਰ ਆ। ਨਹੀਂ ਨਹੀਂ ਨਹੀਂ, ਉਹ ਬੇਰੀ ਵਾਲਾ ਹੀ, ਬੇਰੀ ਵਾਲਾ ਹੀ, ਕਿਤੇ ਨਾ ਖਿੱਚ ਧੂ ਕੇ ਕਰੋ, ਨਿਸ਼ਾਨਦੇਹੀ ਹੋ ਗਈ ਹੈ, ਬੇਰੀ ਵਾਲਾ ਹੀ ਘਰ ਆ, ਬੜੇ ਜੂੜੇ ਜੇ ਕਰਦੀ, ਸੁਰਖੀਆਂ ਲਾਂਦੀ, ਉਹੀ 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 ਲਾਲ ਵਾਲ, ਉਹੀ ਉਹੀ ਉਹੀ। ਹਾਂਜੀ, ਆਪਣੀ ਜ਼ਬਾਨ ਤੇ ਕੰਟਰੋਲ ਕਰ, ਕਿਸੇ ਰੀਤੇ ਹੀ ਭੈਣ ਨੂੰ ਬੁਰਾ ਨਹੀਂ ਕਹੀਦਾ ਹੁੰਦਾ। ਮੈਂ ਕਿਹਨੂੰ ਕਹਿਣ ਡਿਆ, ਮੈਂ ਜਿਹੜੀ ਜਿਹਨੇ ਇਹਦਾ ਇਹ ਹਾਲ ਕੀਤਾ ਮੈਂ ਤੇ ਉਹਨੂੰ ਬੁਰਾ ਕਹਿਣ ਡਿਆ। ਤੇਰਾ ਉਸ ਗਲੀ ਦੇ ਵਿੱਚ ਜਾਣਾ ਹੀ ਨਹੀਂ ਬਣਦਾ, ਪਹਿਲੀ ਗੱਲ ਤਾਂ ਹੈਗੀ। ਉਹ ਯਾਰ ਬੰਦਾ ਹੁਣ ਗਲੀਆਂ ਤੁਰਨ ਵਾਸਤੇ ਹੁੰਦੀਆਂ, ਤੁਰਨ ਵਾਸਤੇ ਗਲੀਆਂ ਹੁੰਦੀਆਂ, ਹੋਰ ਗਲੀਆਂ ਨਹੀਂ ਸੀ ਹੈਗੀਆਂ, ਉਹ ਗਲੀਆਂ ਬਹੁਤੀਆਂ ਸੀ ਯਾਰ। ਇਹਨਾਂ ਨੂੰ ਕਾਹਦੇ ਲਈ ਮੱਖੀ ਗੁੱਸਾ ਲੱਗਣ ਡਿਆ? ਉਸ ਗਲੀ ਭਾਜੀ ਬੜੇ ਬੰਦਿਆਂ ਦੇ ਸਿਰ ਪਾਟੇ, ਤੁਹਾਨੂੰ ਇਸ ਤੋਂ ਕਹਿਣ ਡਿਆ ਹੁੰਦੇ ਨੇ, ਉਹ ਗਲੀ ਦੇ ਵਿੱਚ ਬੜੇ ਆ। ਤੇ ਉਹ ਤੁਹਾਡਾ ਕੀ ਤਲਕ ਆ ਯਾਰ? ਉੱਥੇ ਤਲਕ ਹੁੰਦਾ ਆ, ਮੱਲੇਦਾਰੀ ਆ। ਚੱਲ ਛੱਡ ਪਰੇ, ਤੈਨੂੰ ਕੀ? ਨਹੀਂ ਤੂੰ ਤਾਂ ਮੇਰੇ ਨਾਲ ਜਾਣਾ ਯਾਰ, ਨਿਆਜ਼ ਬੱਜਰੀ ਵਾਲਾ। ਨਿਆਜ਼ ਬੱਜਰੀ ਵਾਲਾ ਤੇਰੇ ਨਾਲ ਜਾਣਾ? ਤੇ ਤੂੰ ਮੈਨੂੰ ਕਿਹਾ ਨਹੀਂ ਕਿ ਮੈਂ ਲਾਸ਼ ਕਰਨ ਜਾਣਾ ਤੇਰੀ, ਤੇਰੇ ਨਾਲ ਮੈਂ ਕਿਉਂ ਜਾਵਾਂ? ਯਾਰ ਤੈਨੂੰ ਗੁੱਸਾ ਇੰਜ ਲੱਗਣ ਡਿਆ, ਗੁੱਸਾ ਲੱਗੀ ਹੋ ਗਈ ਆ ਨਿਆਜ਼, ਤੂੰ ਆਪਣੀ ਬਕਵਾਸ ਬੰਦ ਕਰ। ਓ ਨਹੀਂ, ਆਪਾਂ ਉਸ ਔਰਤ ਨੂੰ ਪੁੱਛਣਾ ਵਾ ਕਿ ਇਹਦਾ ਹਾਲ ਕੀ ਕਰਾ, ਪੁੱਛਣਾ ਆ ਮੱਲੇਦਾਰੀ ਆ, ਬਾਹਰ ਔਰਤਾਂ ਖਲੋ ਜਾਂਦੀਆਂ, ਏਦਾਂ ਨੀ ਕਰਦੇ, ਤੁਰੇ ਜਾਂਦੇ, ਐ ਕਰਕੇ ਦੇਖਣ ਲੱਗ ਪਵੇ। ਯਾਰ ਤੂੰ 2 ਮਿੰਟ ਪਹਿਲੇ ਕਹਿਣ ਡਿਆ ਸੀਗਾ ਕਿ ਬਰਾਊਨ ਰੰਗ ਕਰਕੇ ਸੁਰਖੀਆਂ ਲਾ ਕੇ ਗਲੀਆਂ 'ਚ ਖਲੋਂਦੀਆਂ ਨੇ। ਉਹਨਾਂ ਦੇ ਬੰਦੇ ਕਰਾਉਂਦੇ, ਉਹਨਾਂ ਨੂੰ ਪੈਸੇ ਆ, ਉਹਨਾਂ ਕੋਲ ਜੋ ਮਰਜ਼ੀ ਕਰਾਉਣ, ਤੁਹਾਡਾ ਕੀ ਤਲਕ ਹੋਇਆ ਗਲੀਆਂ ਦੇ ਵਿੱਚ ਜਾਣਾ? ਮੈਨੂੰ ਇਹ ਦੱਸ ਪਹਿਲਾਂ, ਨਹੀਂ ਕੀ ਤਲਕ ਹੋਇਆ ਯਾਰ? ਗਲੀਆਂ ਫਿਰਨ ਲਈ ਹੁੰਦੀਆਂ ਨੇ, ਤੂੰ ਗੱਲ ਤੇ ਗਲਤ ਕਰ ਰਿਹਾ। ਬਰਾਊਨ ਵਾਲ ਕੀਤੇ ਹੁਣ ਉਹਨਾਂ ਦੀ ਗਲੀਆਂ 'ਚ ਚਲੇ ਜਾਓ, ਬੜੀ ਗੱਲ ਆ ਯਾਰ। ਤੂੰ ਹਾਲੇ ਆਪ ਕਹਿਣ ਡਿਆ ਸੀਗਾ ਕਿ ਇਦਾਂ ਔਰਤਾਂ ਨੂੰ ਨਹੀਂ ਖਲੋਣਾ ਚਾਹੀਦਾ ਬੂਹਿਆਂ 'ਚ, ਨਹੀਂ ਚਾਹੀਦਾ ਨਹੀਂ ਭਾਈ। ਉਹ ਬੰਦਾ ਉਹਨਾਂ ਨੂੰ ਸਮਝਾ ਦਿੰਦਾ ਵੀ ਨਾ ਖਲੋਵੋ, ਤੁਹਾਡਾ ਕੀ ਤਲਕ ਉਧਰ ਜਾਣ? ਉਹ ਯਾਰ ਤੈਨੂੰ ਕਿਉਂ ਐਡਾ ਹੈਪਰ ਹੋਇਆ, ਤੂੰ ਜਾਣਦੇ ਉਸ ਗਲੀ ਦੇ ਵਿੱਚ? ਭੈਣ ਜੀ ਕਰਨ ਡਿਆ ਜਿਵੇਂ ਤੇਰਾ ਘਰ ਹੁੰਦਾ ਉਹ ਯਾਰ। ਮੱਲੇ ਦੇਖ, ਮੱਲੇਦਾਰੀ ਜਿਹੜੀ ਹੁੰਦੀ ਨਾ ਉਹ ਸਾਂਝੀ ਹੁੰਦੀ ਆ, ਮੱਲੇ ਦੀਆਂ ਧੀਆਂ ਭੈਣਾਂ ਜਿਹੜੀਆਂ ਸਾਂਝੀ ਹੁੰਦੀਆਂ। ਬਿਲਕੁਲ ਸਹੀ ਗੱਲ, ਲੇਕਿਨ ਧੀਆਂ ਭੈਣਾਂ ਚੰਗੀਆਂ ਹੋਣ ਤੇ ਉਹ ਮੈਨੂੰ ਜਿਹੜੇ ਚੰਗੀਆਂ ਹੀ ਆ, ਜੇ ਸੌਰਤ ਦੀ ਹੀ ਆ, ਉਹ ਜੇ ਸੌਰਤ ਦੀ ਗੱਲ ਕਰਨ ਡਿਆ ਮੈਨੂੰ ਅੱਛੀ ਨਹੀਂ ਲੱਗਦੀ, ਅੱਛੀ ਨਹੀਂ ਲੱਗਦੀ। ਤੇ ਮੂੰਹ ਬੰਦ ਕਰ, ਆਪਣਾ ਮੂੰਹ ਬੰਦ ਕਰ। ਓ ਯਾਰ ਤੂੰ ਕਿਉਂ, ਆਪਾਂ ਜਾ ਕੇ ਤੇਰੇ ਪੁੱਛ ਲੈਨੇ ਆ, ਕਹਿੰਦੇ ਵੀ ਮੈਨੂੰ ਚੰਗੇ ਨਹੀਂ ਲੱਗਦੇ, ਤੂੰ ਬਾਹਰ ਕੱਢ ਦੇਗਾ? ਯਾਰ ਜੇ ਮੇਰੇ ਘਰ ਦੇ ਇੰਜ ਦੇ ਹੋਣਗੇ ਤੇ ਉਹਨਾਂ ਦੀ ਵੀ ਕੋਈ ਗੱਲ ਹੋਏਗੀ, ਲੇਕਿਨ ਉਹ ਮੁੰਡਾ ਜੇ ਗਰੀਬ ਕਰੋ ਕਰੀ ਇਹੀ ਹਾਲ ਆ। ਤੇ ਹੁਣ ਚੱਲੀਏ ਆਪਾਂ ਤੇ ਰੋੜੇ ਫੜੋ। ਓ ਸ਼ਫੀਕ, ਆ ਰੇੜੀ ਲਾਦਾ ਪੱਥਰਾਂ ਦੀ। ਜੋ ਪੱਥਰਾਂ ਦੀ ਲਾਦਾ ਹੋ ਗਿਆ ਆ, ਪੱਥਰਾਂ ਦੀ ਰੇੜੀ ਕਿਉਂ ਲੱਦੇ? ਕਿਉਂ ਲੱਦੇ ਰੇੜੀਆਂ? ਬਾਰ ਬਾਰ ਗਿਰੇਬਾਨ ਫੜੀ ਜਾਂਦਾ ਹੈ ਉਹਨੂੰ, ਪਹਿਲੇ ਲਾਲਚ ਦੇ ਕੇ ਕਿ ਅਸੀਂ ਉਹਨਾਂ ਨੂੰ ਪੁੱਛ ਲੈਨੇ, ਪਹਿਲੇ ਬੜੀ ਹਮਦਰਦੀ ਜਾਗੀ ਤੇਰੇ ਅੰਦਰ। ਮੇਰੀ ਨਹੀਂ ਜਾਗੀ ਹੈ ਮੱਲੇਦਾਰੀ ਦੇ ਵਿੱਚ, ਮੈਂ ਨਹੀਂ ਕਿਸੇ ਦਾ ਮੱਲੇਦਾਰੀ ਸਿੱਧਾ ਉਹਨੂੰ ਕਹਿ, ਉਹ ਭਾਈ ਇਹਦਾ ਘਰ ਆ ਤੇ ਇਹਦੀ ਬੁੱਢੀ ਦੀ ਗੱਲ ਕਰਨ ਨੇ ਆ। ਬਕਵਾਸ ਆਪਣੀ ਬੰਦ ਕਰ, ਬਕਵਾਸ ਬੰਦ ਕਰ, ਉਹਨੂੰ ਨਾ ਕਿਤੇ ਪਟੇ ਪਾਈ, ਉਹ ਕਿਸੇ ਕੋ ਖਾਣ ਜਾਂਦੀ ਆ, ਇਹਦ ਕੋ ਖਾ ਹੀ ਲੈਣਾ ਸੀ ਜੇ ਸਿਰ ਨਾ ਪੜਵਾਉਂਦੀ ਤੇ। ਇਹ ਮਾਮਾ ਲੱਗਦਾ ਦੇਣ ਦਾ, ਜਦ ਮੈਂ ਬੈਠਾ ਉਹਦੇ ਸਿਰ ਤੇ, ਉਹ ਮੇਰੇ ਵੱਲ ਦੇਖਣ ਡਈ ਸੀ ਉਹ ਵੀ।
ਦੇਖਣ ਡਈ ਸੀ, ਤੂੰ ਤੁਰਿਆ ਜਾਂਦਾ ਸੀ, ਹੁਣ ਦੇਖਣਾ ਐ ਕਰ ਲਵੇ, ਅੱਖਾਂ ਮੁਰ ਪੱਟੀ ਬੰਨ ਲਵੇ। ਓਏ ਔਰਤਾਂ ਇੰਜ ਖਿੱਚ ਕੇ ਬੂਹੇ ਮਾਰਦੀਆਂ ਵਾ ਜਦੋਂ ਬੰਦੇ ਕਿਤੇ ਗਲੀ ਚ ਲੰਘਣ। ਓਏ ਜਿਹੜੇ ਬੰਦੇ ਗੰਦੇ ਹੁੰਦੇ ਤੇਰੇ ਵਰਗੇ ਉਹਨਾਂ ਨੇ ਬੂਹੇ ਮਾਰਦੀਆਂ। ਤੇਰੀ ਘਰ ਦੀ ਦੀਆਂ ਅੱਗੇ ਮੈਨੂੰ ਕਈ ਰਿਪੋਰਟਾਂ ਆਈਆਂ, ਰਿਪੋਰਟਾਂ ਉਹਨਾਂ ਨੇ ਕਿਹਾ ਭਾਜੀ ਇਹ ਤੁਹਾਡਾ ਭਾਈਵਾਲ ਆ, ਇਹਨੂੰ ਕੋਈ ਕਾਰ ਵਾਲੀ ਨੂੰ ਸੱਟਾਂ ਲੱਗੀਆਂ, ਜਿਹੜੀਆਂ ਉਹਦੀਆਂ ਰਿਪੋਰਟਾਂ ਆ ਗਈਆਂ, ਬਿਮਾਰੀਆਂ ਉਹਨੂੰ। ਓਏ ਉਹਦੀ ਰਿਪੋਰਟ ਕੀ ਹੋਣੀ, ਉਹ ਤਾਂ ਲੋਕਾਂ ਨੂੰ ਸੱਟਾਂ ਲਵਾਉਂਦੀ ਫਿਰਦੀ। ਆਪਣੀ ਜ਼ੁਬਾਨ ਬੰਦ ਕਰ ਲਾ, ਮੈਂ ਤੈਨੂੰ ਕਈ ਜਾਣ ਡਿਆ। ਬੂਹਾ ਬੰਦ ਨਾ ਕਰਾਈ, ਜ਼ੁਬਾਨ ਮੇਰੀ ਬੰਦ ਕਰਾਈ ਆ, ਜਾਓ ਫਿਰ ਕਰਵਾ ਲਓ ਬੰਦ। ਆ ਤਾਂ ਪਹਿਲੇ ਤਾਂ ਤੂੰ ਕਹਿਣ ਡਿਆ ਸੀਗਾ ਕਿ ਬੁੱਢੀਆਂ ਚੰਗੀਆਂ ਨਹੀਂ ਹੁੰਦੀਆਂ, ਮੈਂ ਚੱਲਦਾ ਆਪ ਰੋੜੇ ਮਾਰੂੰਗਾ। ਉਹਨੂੰ ਕੋਈ ਹਦਾਇਤ ਦੇ, ਉਹਨੂੰ ਪੜਦੇ ਚ ਰੱਖ। ਉਹਨੂੰ ਹਦਾਇਤ ਆ, 12 ਪੜੀ ਆ, ਹਦਾਇਤ ਆ ਉਹਨੂੰ, ਹਦਾਇਤ ਆ, ਸਹੀ ਪੜੀ। ਤੇਰੇ ਨਾਲ ਬਹੁਤੀ ਹਦਾਇਤ ਆ, ਤੇਰੇ ਖਾਨਦਾਨ ਚ ਕਿਸੇ ਨੂੰ ਹਦਾਇਤ ਨਹੀਂ ਹੋਣੀ। ਅੱਲਾ ਕਰੇ ਉਹਦੀ ਹਦਾਇਤ ਆਵੇ ਹੀ ਕਿਸੇ ਨੂੰ ਨਾ, ਜਿਹੜੀ ਉਹਨੂੰ ਹਦਾਇਤ ਆ। ਜਿੰਨੀ ਉਹਨੂੰ ਹਦਾਇਤ ਦੇਖ ਲਾਂ। ਓਏ ਮੁੰਡਿਆ ਆ ਫਾੜੇ ਨੂੰ, ਆ ਆ ਬੰਦਾ ਉਹ ਭਾਜੀ, ਇਹ ਤਾਂ ਬੰਦਾ ਵਾ ਜਿਹਨੂੰ ਮੈਂ ਪਿੰਜਿਆ। ਇਹਨੂੰ ਫੜ ਦਰਾ, ਇਹਨੂੰ ਫੜ। ਓਏ ਓਏ ਰੁਕ ਜਾ।